पंजाब विधानसभा चोणां नूं लै के कल वोटां पैणियां ने, किस तरह के सुरक्षा प्रबंध ने? मेरे नाल एस एस पी अवनीत कौंडल ने जिहड़े कि बठिंडा तो एस एस पी ने, आपां उन्हां नाल गलबात करदे हां किस तरह का जिहड़ा उन्होंने प्रबंध किए हुए ने। सति श्री अकाल मैम। सति श्री अकाल जी। मैम, किस तरह के कल दीआं विधानसभा चोणां नूं लै के, क्योंकि वोटां पैणियां, किस तरह के पुलिस के प्रबंध जिहड़े ने? पुलिस के जी असी पूरे प्रबंध, साड़ी फुल तैयारी है। साढ़े जिले की जिहड़ी फोर्स है, 80% फोर्स इहदे इलैक्शन च डिप्लॉयड है, जो अराउंड 2000 तो भी उपर है। मेरे 3 एस पी ते 14 डी एस पी लगे हुए हैं, ते नाल सानू 28 सी ए पी एफ की कंपनियां मिली हैं। वो सारे असी वो तो टोटली डिप्लॉयड है, स्कूल मिला के अराउंड 4400 के करीब है जी। कुछ सेंसिटिव बूथ भी ने, उत्थे किस तरह के प्रबंध किए गए ने? ਸੀ ਸੈਂਸਿਟਿਵ ਬੂਥ 'ਤੇ ਪਹਿਲਾਂ ਤਾਂ ਅਸੀਂ ਕ੍ਰਾਈਟੀਰੀਆ ਵਾਈਜ਼ ਕ੍ਰਿਟੀਕਲ ਪੋਲਿੰਗ ਲੋਕੇਸ਼ਨ ਉਹਨੂੰ ਡਿਕਲੇਅਰ ਕੀਤਾ, ਉੱਥੇ ਤਾਂ ਪੂਰੀ ਪੈਰਾ ਸੀ ਏ ਪੀ ਐੱਫ ਹੀ ਲੱਗਣੀ ਹੈ, ਅਤੇ ਜਿਹੜੇ ਸਾਡੇ ਵਲਨਰੇਬਲ ਏਰੀਆ ਉੱਥੇ ਵੀ ਅਸੀਂ ਸੀ ਏ ਪੀ ਐੱਫ ਡਿਪਲੋਏ ਕੀਤੀ ਹੈ, ਅਤੇ ਇਹਨਾਂ ਦੇ ਸਾਡੀ ਆਪਣੀ 103 ਪੈਟਰੋਲਿੰਗ ਪਾਰਟੀਆਂ ਲੱਗੀਆਂ ਅਤੇ 42 ਕਿਊ ਆਰ ਟੀਜ਼ ਲੱਗੀਆਂ, ਅਤੇ ਨਾਲ ਨਾਲ ਸਾਡੇ ਜਿੰਨੇ ਵੀ ਅਫਸਰ ਹੈ ਸਾਡੀ ਵੀ ਰਿਜ਼ਰਵਸ ਹੋਣਗੀਆਂ, ਉਹ ਚਾਰੋਂ ਪਾਸੇ ਘੁੰਮਣਗੀਆਂ, ਐਂਡ ਵਿਲ ਇਨਸ਼ੋਰ ਕਿ ਸਭ ਕੁਝ ਫਰੀ ਐਂਡ ਫੇਅਰ ਹੋਏ। ਮੈਡਮ, ਇੰਟਰ ਸਟੇਟ ਨਾਕੇ ਨੇ, ਆਪਣੇ ਨਾਲ ਰਾਜਸਥਾਨ ਵੀ ਲੱਗਦਾ ਹੈ ਅਤੇ ਹਰਿਆਣਾ ਵੀ ਲੱਗਦਾ, ਉੱਥੋਂ ਇਸ ਤਰ੍ਹਾਂ ਜਿਹੜਾ ਰਾਤਾਂ ਨੂੰ ਜ਼ਿਆਦਾ ਸ਼ਰਾਬ ਦੀ ਪ੍ਰੋਬਲਮ ਆਉਂਦੀ ਹੈ, ਉਹਨੂੰ ਕਿਵੇਂ ਰੋਕਿਆ ਜਾਏ? ਅਸੀਂ ਪਿਛਲੇ ਵੀ 1 ਮਹੀਨੇ 'ਚ ਬਹੁਤ ਰਿਕਵਰੀਜ਼ ਵੀ ਕੀਤੀਆਂ, ਬਹੁਤ ਕੈਸ਼ ਵੀ ਸੀਜ਼ ਕੀਤਾ। ਸਾਡੇ 16 ਇੰਟਰ ਸਟੇਟ ਨਾਕੇ ਲੱਗੇ ਹੋਏ ਆ, ਅਤੇ ਹੁਣ ਹਰਿਆਣਾ ਪੁਲਿਸ ਨੇ ਵੀ 12 ਨਾਕੇ 2 ਦਿਨ ਪਹਿਲਾਂ ਲਾ ਦਿੱਤੇ ਆ 24 ਘੰਟੇ ਲਈ, ਤਾਂ ਇਹਦੇ ਨਾਲ ਹੀ ਅਸੀਂ ਇਨਸ਼ੋਰ ਕਰਾਂਗੇ ਕਿ ਇੱਦਾਂ ਦਾ ਕੁਛ ਵੀ ਨਾ ਹੋਏ। ਬਠਿੰਡਾ ਤੋਂ ਕੁਲਬੀਰ ਬੀਰਾ, ਜੀ ਮੀਡੀਆ।